लुधियाना पुलिस दे हाथों उस समय बड़ी सफलता लगी जदों वख-वख मामलों विच ड्रग मनी अते भारी मात्रा च जो ड्रग फड़िया गया है। इस दौरान लुधियाना पुलिस दे एंटी नारकोटिक्स सैल वालों वख-वख मामलों विच 535 ग्राम हैरोइन अते 55,000 रुपए की ड्रग मनी समेत तीन मुलजमान गिरफ्तार किया गया है। पहले मामले च मुखबरी के आधार से बलजीत उर्फ लक्की को 265 ग्राम हैरोइन 20 खाली पारदर्शी लिफाफे इलैक्ट्रॉनिक कंडा अते 25,000 रुपए की ड्रग मनी बरामद की गई है। जबकि दूजे मामले च रशपाल उर्फ हनी अते कुलजीत सिंह उर्फ सैमी नूं गिरफ्तार करके मुलजम को 217 ग्राम हैरोइन 30,000 रुपए की ड्रग मनी 50 खाली लिफाफे एक इलैक्ट्रॉनिक कंडा भी बरामद किया गया है। इस तरह होर मामलों में थाना सदर की पुलिस ने दो व्यक्तियों को गिरफ्तार करके उनके कब्जे में 5 किलो अफीम और एक मोटरसाइकिल बरामद किया है। जिहड़ा पंजाब दे विच एक एंटी नारकोटिक जिहड़ी ड्राइव चली हुई है उहदे विच लुधियाना पुलिस नूं बड़ी कामयाबी मिली जदों कि एस एच ओ सदर लुधियाना उन्होंने कल असी देर ना रात तक एक नाकेबंदी की हुई सी उहदे विच एक दो आदमी जिहड़ा कि उहनूं उहदा नाम लवांगे हरमनप्रीत रोमनप्रीत ते प्रकाश सिंह जिहड़े है ये मुक्तसर जिले नाल संबंधित है इन्हां कोलों 5 किलो अफीम असी फड़ी है। ਦੋਨੇ ਆਦਮੀਆਂ ਨੂੰ ਉਹਦੇ 'ਚ ਅਰੈਸਟ ਕਰ ਲਿਆ ਉਹਦੇ 'ਚ ਮੋਟਰਸਾਈਕਲ ਨੂੰ ਅਸੀਂ ਕਬਜ਼ਾ 'ਚ ਲੈ ਲਿਆ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਅੱਗੇ ਪੜਤਾਲ ਕਰਾਂਗੇ ਅਤੇ ਅੱਗੇ ਕਿਹੜੇ ਬੰਦਿਆਂ ਤੋਂ ਲੈ ਕੇ ਆਏ ਸੀ ਅਤੇ ਐਂਡ ਯੂਜ਼ਰ ਕਿਹੜੇ ਸੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਉਹ ਤੁਹਾਨੂੰ ਕਰ ਦਾਂਗੇ ਦੱਸਾਂਗੇ ਜੀ ਸਰ ਹਾਂਜੀ ਸਰ ਡਰੱਗ ਦੀ ਜਿਹੜੀ ਐਂਟੀ ਡਰੱਗ ਕੰਪੇਨ ਹੈ ਜਿਹੜੀ ਉਹ ਡਿਸਟ੍ਰਿਕਟ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਬਹੁਤ ਉਹਨੂੰ ਜ਼ੋਰ ਸ਼ੋਰ ਨਾਲ ਉਹਨੂੰ ਚਲਾਇਆ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਉਹਦੇ 'ਚ ਉਹਨੂੰ ਜਿਹੜੀ ਇੱਕ ਕੇਸ ਦੇ ਵਿੱਚ ਕੱਲ੍ਹ ਰਾਤ 5 ਕੇ ਜੀ ਜਿਹੜੀ ਓ ਪੀ ਐੱਮ ਉਹਦੇ 'ਚ ਉਹਨੂੰ ਰਿਕਵਰ ਕੀਤੀ ਹੈ ਇਸੇ ਤਰ੍ਹਾਂ ਹੀ ਦੋ ਹੋਰ ਕੇਸਿਸ ਦੇ ਵਿੱਚ ਵੱਖ ਵੱਖ ਤਿੰਨ ਆਦਮੀਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਤੋਂ ਇੱਕ ਕੇਸ ਦੇ ਵਿੱਚ 265 ਗ੍ਰਾਮ ਹੀਰੋਇਨ ਅਤੇ 25,000 ਰੁਪਇਆ ਡਰੱਗ ਮਨੀ ਉਹਦੇ ਵਿੱਚ ਪੀ ਐੱਸ ਡੱਬਾ ਦੇ ਵਿੱਚ ਪਰਚਾ ਦਰਜ ਕਰਾਇਆ ਇਸ ਤੋਂ ਇਲਾਵਾ ਦੂਸਰੇ ਕੇਸ ਦੇ ਵਿੱਚ ਜਿਹੜਾ ਪੀ ਐੱਸ ਸ਼ਿਮਲਾਪੁਰੀ ਦੇ ਵਿੱਚ ਉਹਦੇ 'ਚ ਉਹਨੂੰ ਰਿਕਵਰੀ ਹੋਈ ਹੈ 270 ਗ੍ਰਾਮ ਹੀਰੋਇਨ ਅਤੇ 30,000 ਰੁਪਇਆ ਡਰੱਗ ਮਨੀ ਖਾਲੀ ਲਿਫਾਫੇ ਇਲੈਕਟ੍ਰੋਨਿਕ ਜਿਹੜਾ ਤੋਲਣ ਵਾਲਾ ਕੰਡਾ ਅਤੇ ਇਹਦੇ 'ਚ ਟੋਟਲ ਦੋ ਕੇਸਿਸ ਦੇ ਵਿੱਚ 535 ਗ੍ਰਾਮ ਹੀਰੋਇਨ ਅਤੇ 55,000 ਰੁਪਇਆ ਡਰੱਗ ਮਨੀ ਅਸੀਂ ਰਿਕਵਰ ਕੀਤੀ ਹੈ। ਇਹ ਵੀ ਇਹਨਾਂ ਦੀ ਡਿਟੇਲ ਇਹਨਾਂ ਦੇ ਜਿਹੜੇ ਮੋਬਾਈਲ ਅਨੈਲਿਸਿਸ ਕਰਾਂਗੇ ਕਿਹੜੇ ਬੰਦਿਆਂ ਨਾਲ ਇਨ ਟੱਚ ਸੀ ਕਿਹੜੇ ਬੰਦੇ ਐਂਡ ਯੂਜ਼ਰ ਸੀ ਜਿਹੜੇ ਪਤਾ ਲੱਗ ਸਕੇ ਸੋ ਦੈਟ ਕਿ ਨੈਕਸਸ ਪਤਾ ਲੱਗ ਜਾਏ ਜਿੱਥੇ ਡਿਮਾਂਡ ਹੈ ਉੱਥੇ ਸਪਲਾਈ ਹੁੰਦੀ ਰਹੂਗੀ। ਇਹ ਅਸੀਂ ਇਹਨੂੰ ਫੜ ਲਿਆ ਪਰ ਡਿਮਾਂਡ ਜਿਨ੍ਹਾਂ ਦੇ ਵਿੱਚ ਹੈਗੀ ਹੈ ਉਹ ਬੰਦਿਆਂ ਨੂੰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੈਟ ਕਿ ਕਿਸੇ ਦਾ ਰੀਹੈਬਲੀਟੇਟ ਕਰਨਾ ਹੈ ਜਾਂ ਉਹਨੂੰ ਡਰੱਗ ਡੀ ਐਡਿਕਸ਼ਨ ਸੈਂਟਰ 'ਚ ਰਹਿਣਾ ਹੈ ਜਾਂ ਉਹ ਵਿਕਟਮ ਹੈ ਉਹਨੂੰ ਆਦਤ ਪੈ ਗਈ ਹੈ ਉਸ ਕਰਕੇ ਜਿਹੜਾ ਐਂਡ ਯੂਜ਼ਰ ਹੈ ਉਹਨੂੰ ਅਤੇ ਇੱਕ ਲੈ ਕੇ ਕਿੱਥੋਂ ਆਏ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਫਾਰਵਰਡ ਅਤੇ ਬੈਕਵਰਡ ਲਿੰਕੇਜ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ।